ਕਾਤਕਰੀ ਗੱਲ ਦੋਸਤੋ ਕਿਵੇਂ ਕਿ ਹਾਲ ਚਾਲ ਹੈ ਜੀ ਇਲੈਕਸ਼ਨਾਂ ਦਾ ਪੂਰਾ ਜ਼ੋਰ ਪੈ ਜਾਣਾ ਹੈ ਹੁਣੇ ਤੇ ਜਨਤਾ ਨੂੰ ਚੁੱਪੋ ਵੀ ਕਰਵਾਉਣਾ ਹੈ ਸਰਕਾਰਾਂ ਨੇ ਤੇ ਹੁਣ ਕੀ ਕਰਦੇ ਪਏ ਨੇ ਇਹ ਕਿ ਭਈ ਐਗਜ਼ਾਮ ਤਾਂ ਲੈ ਨਹੀਂ ਪਾਏ ਪੋਸਟਾਂ ਨੂੰ ਕੱਢ ਨਹੀਂ ਪਾਏ ਨੋਟੀਫਿਕੇਸ਼ਨ ਦੇ ਨਹੀਂ ਪਾਏ ਤੇ ਆਪਾਂ ਕੀ ਕਰਦੇ ਆ ਟੈਂਟੇਟਿਵ ਡੇਟਾ ਦੇ ਦਿੰਦੇ ਆ ਉਹ ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ ਦੋਸਤੋ ਅੱਜ ਪੀਐਸਟੈਟ ਅਨਾਉਂਸ ਹੋ ਚੁੱਕਿਆ ਔਰ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੀ ਜੋ 1800 ਸਮਥਿੰਗ ਕਨਸਟੇਬਲ ਦੀ ਭਰਤੀ ਆਉਣੀ ਹੈ ਠੀਕ ਹੈ ਤੇ ਉਹਦੇ ਸਬੰਧ ਵਿੱਚ ਇੱਕ ਟੈਂਟੇਟਿਵ ਡੇਟਸ ਜਿਹੜੀਆਂ ਆ ਚੁੱਕੀਆਂ ਨੇ ਕਿ ਐਡਵਰਟਾਈਜ਼ਮੈਂਟ 29/2/2024 ਨੂੰ ਆਣਾ ਹੈ ਰੀਡਨਸ ਆਫ ਪੋਰਟਲ ਕਦੋਂ ਖੁੱਲਣਾ ਹੈ ਪੋਰਟਲ 10/3/2024 ਨੂੰ ਖੁੱਲ ਜਾਣਾ ਹੈ ਰਿਟਨ ਐਗਜ਼ਾਮ 10/6/2024 ਨੂੰ ਹੋ ਜਾਣਾ ਹੈ ਠੀਕ ਹੈ ਇਹੋ ਜਿਹੀਆਂ ਚੀਜ਼ਾਂ ਇੱਥੇ ਲਿਖੀਆਂ ਨੇ ਤੇ ਮੈਂ ਮੈਂ ਸਿਰਫ ਇਹੀ ਦੋਸਤੋ ਕਹਿਣਾ ਚਾਹੁੰਦਾ ਇਹ ਇਲੈਕਸ਼ਨ ਦਾ ਦੌਰ ਹੈ ਠੀਕ ਹੈ ਇਹੋ ਜਿਹੇ ਟੈਂਟੇਟਿਵ ਡੇ ਤੁਹਾਨੂੰ ਅਗਰ ਮਾਸਟਰ ਕੈਡਰ ਲੈਕਚਰਾਰ ਕੈਡਰ ਜਾਂ ਫਿਰ ਆਪਾਂ ਕਹਿ ਲਈਏ ਕਿ ਪੀਟੀਆਈ ਪੋਸਟਾਂ ਹੈ ਨਾ ਉਹਦੇ ਸੰਬੰਧ ਵਿੱਚ ਵੀ ਅਗਰ ਤੁਸੀਂ ਵੇਖੋਗੇ ਤਾਂ ਹੈਰਾਨ ਨਹੀਂ ਹੋਣਾ ਕਿਉਂਕਿ ਇਲੈਕਸ਼ਨ ਦਾ ਦੌਰ ਹੈ ਠੀਕ ਹੈ ਅਗਲੇ ਮਹੀਨੇ ਤੱਕ ਇਹ ਆ ਜਾ ਰਿਹਾ ਕਿ ਚੋਣ ਜਾਬਤਾ ਜੋ ਸਾਥੀ ਵੀ ਦੱਸ ਰਹੇ ਨੇ ਬਾਕੀ ਹੋ ਸਕਦਾ ਹੈ ਕਿ ਅਗਲੇ ਮਹੀਨੇ ਦੇ ਐਂਡ ਤੱਕ ਹੋਵੇ ਕੁਝ ਕਹਿ ਰਹੇ ਸੂਰਜ ਚ ਲੱਗ ਜਾਣਾ ਤੇ ਮਈ ਚ ਤਾਂ ਇਲੈਕਸ਼ਨ ਨੇ ਹੈ ਨਾ ਅਪ੍ਰੈਲ ਮਈ ਇੱਕ ਤਰ੍ਹਾਂ ਦੇ ਨਾਲ ਇਹ ਤੁਸੀਂ ਵੇਖੋਗੇ ਵੀ ਬਈ ਇਲੈਕਸ਼ਨਾਂ ਦਾ ਇਲੈਕਸ਼ਨ ਇਸ ਦੇਸ਼ 'ਚ ਨਾ ਨਾ ਹੋਣ ਤਾਂ ਸਾਰੀਆਂ ਸੱਤਾਵਾਂ ਜਿਹੜੀਆਂ ਜਿੰਨੀਆਂ ਵੀ ਸ਼ਕਤੀਆਂ ਨੇ ਕੇਂਦਰ 'ਤੇ ਬੈਠੀਆਂ ਚੰਡੀਗੜ੍ਹ ਬੈਠੀਆਂ ਜਾਂ ਦਿੱਲੀ ਬੈਠੀਆਂ ਸਭ ਤਾਣਾਸ਼ਾ ਹੀ ਬਣ ਜਾਂਦੀਆਂ ਨੇ ਹੁਣ ਜਨਤਾ ਦਾ ਖਿਆਲ ਆਣ ਲੱਗਾ ਜੀ ਇਹਨਾਂ ਨੂੰ ਕਦੋਂ ਦੀਆਂ ਇਹਨਾਂ ਨੇ ਇਹ ਪੰਜਾਬ ਪੁਲਿਸ ਦੀ ਭਰਤੀ ਦੀ ਅਨਾਊਂਸਮੈਂਟ ਕੀਤੀ ਹੋਈ ਹੈ ਕਦੋਂ ਦੀ ਅਸਿਸਟੈਂਟ ਪ੍ਰੋਫੈਸਰ ਦੀ ਹੁਣ ਟੈਂਟੇਟਿਵ ਡੇਟ ਉੱਥੇ ਵੀ ਆ ਜਾਣੀ ਵੇਖਣਾ ਤੁਸੀਂ ਹਰ ਇੱਕ ਚੀਜ਼ ਦਾ ਟੈਂਟੇਟਿਵ ਟੈਂਟੇਟਿਵ ਹੋਵੇਗਾ ਹਾਂ ਠੀਕ ਹੈ ਜੀ ਇੰਨੇ ਨੂੰ ਆਪਾਂ ਪੋਰਟਲ ਖੋਲਚਾ ਪੋਰਟਲ ਹੀ ਖੋਲ ਦਿਓ ਯਾਰ ਇੱਕ ਵਾਰ ਦਿਓ ਤਾਂ ਸਹੀ ਤੇ ਉਮੀਦ ਜਿਹੜੀ ਹੈ ਉਹ ਸਿਰਫ ਇਲੈਕਸ਼ਨਾਂ ਤੇ ਹੀ ਹੁੰਦੀ ਹੈ ਤੇ ਅੱਜ ਪੀਐਸਟਟ ਆਇਆ ਹੈ ਲੈਕਚਰਰ ਕੈਡਰ ਪੀਟੀਆਈ ਦੀ ਉਮੀਦ ਹੁਣ ਖੁੱਲ ਗਈ ਹੈ ਬਾਕੀ ਮਾਸਟਰ ਕੈਡਰ ਦੀ ਵੀ ਖੁੱਲ ਗਈ ਹੈ ਕਿ ਹਾਂ ਹੁਣ ਦੇਖਾਂਗੇ ਕਿ ਭਾਈ ਨੋਟੀਫਿਕੇਸ਼ਨ ਨੇ ਮੈਂ ਬਾਕੀ ਯੂਨੀਅਨ ਹੋਰ ਅਸੀਂ ਟਵਿੱਟਰ ਤੇ ਪੂਰਾ ਜ਼ੋਰ ਲਾਵਾਂਗੇ ਜੀ ਸਾਥ ਦੇਣਾ ਸਾਰਿਆਂ ਨੇ ਧੰਨਵਾਦ